Step one, wake up early, gonna rise with the sun. Step two. Hanji. Oh, Hanji. Sasrikal ji. ਸੋ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਬਿਲਕੁਲ ਤੇ ਯਾਰ ਵਲੌਗ ਸ਼ੁਰੂ ਕਰਨਾ ਭੁੱਲ ਹੀ ਗਏ ਸੀਗੇ ਗਰਮੀ ਇੰਜੋਏ ਕਰ ਰਹੇ ਹੋਵੋਗੇ ਵਲੌਗ ਚਲ ਕੋਈ ਨਹੀਂ ਹੁਣ ਕਰਤਾ ਲੈ ਚਲ ਕਿਸੋ ਕਿਸੋ ਕਰ ਹੋ ਜਾਂਦਾ ਕਦੇ ਕਦੇ ਤੇ ਅੱਜ ਆਪਾਂ ਚੱਲੇ ਆ ਬਸ ਆਇਓ ਫਿਰ ਏਅਰਪੋਰਟ ਤੇ ਚੱਲੇ ਆ ਏਅਰਪੋਰਟ ਤੇ ਚੱਲੇ ਆ ਇੱਕ ਵਾਰ ਫੇਰ ਤੋਂ ਆ ਗਿਆ ਨਹੀਂ ਹੀ ਵੀ ਲੋ ਟਾਈਮ ਹੋਰ ਟ੍ਰੈਫਿਕ ਬਹੁਤ ਆ ਰਸਤੇ 'ਚ ਦੇਖਦੇ ਆ ਕਿੰਨਾ ਕਿ ਟਾਈਮ ਲੱਗਦਾ ਜਾਣ ਨੂੰ ਆ ਜਾਓ ਫਿਰ ਚੱਲਦੇ ਆ ਮੌਸਮ ਗਰਮੀ ਆ ਬਈ ਅੱਜ ਤੁਸੀਂ ਜਾ ਰਹੇ ਆ ਸ਼ਾਇਦ ਉੱਥੇ ਵੀ ਗਰਮੀ ਹੋਊ ਰਲਦੀ ਮਿਲਦੀ ਜੀ ਹਨਾ ਨਹੀਂ ਓਕੇ ਚਲੋ ਵੀ ਚੱਲਦੇ ਆ ਅੱਗੇ ਜਾ ਕੇ ਮਿਲਦੇ ਆ ਹੈਲੋ ਗਾਇਸ ਟੂ ਮੱਚ ਵੈਰੀ ਮੱਚ ਭੀੜ ਟ੍ਰੈਫਿਕ 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 ਟੂ ਮੱਚ ਵੈਰੀ ਮੱਚ ਟ੍ਰੈਫਿਕ ਮਰੂਰੀ ਰੁਕਦੀ ਨਹੀਂ ਟ੍ਰੈਫਿਕ ਬਈ ਸਲੋ ਹੋ ਜਾਂਦੀ ਸਲੋ ਹੋ ਜਾਂਦੇ ਚੱਲੇ ਜਾਂਦੇ ਗੱਡੀਆਂ ਚੱਲੀ ਜਾਂਦੀਆਂ ਨੇ ਰੁਕਦੀ ਨਹੀਂ ਹੈ ਗੱਡੀ ਉਰੇ ਮੈਂ ਤਾਂ ਇਧਰ ਬਾਹ ਤੇ ਧੁੱਪ ਪੈ ਪੈ ਕੇ ਬਾਹ ਫੁੱਕ ਗਈ ਜਿਵੇਂ ਇਧਰਲੀ ਮੇਰੀ ਕਾਲੀ ਹੋਈ ਹੁਣ ਮੇਰੀ ਹੋ ਜਾਣੀ ਆ ਆਈ ਹੋਪ ਜਦ ਤੱਕ ਪਹੁੰਚ ਜੀ ਟਾਈਮ ਦੇ ਨਾਲ ਪਹੁੰਚਣਾ ਸੀ ਚਲ ਕੋਈ ਨਹੀਂ ਪਹੁੰਚਣਾ ਕਿੰਨੇ ਟਾਈਮ ਦਾ ਰਸਤਾ ਰਹਿ ਗਿਆ 16 ਮਿੰਟ ਚਲ ਦੇਖਦੇ ਦੇ ਜੀ ਕੋ ਹਾਂਜੀ ਆਪਾਂ ਪਹੁੰਚ ਚੁੱਕੇ ਆ 에어ਪੋਰਟ ਤੇ ਬਸ ਹੌਲੀ ਗੱਡੀ ਵੀ ਨਾਲ ਹੀ ਲੈ ਕੇ ਜਾਣੇ ਹੋਰ ਮੈਨੂੰ ਵੀ ਨਾਲ ਲੱਗ ਜਾਣਾ ਯੈਸ ਓਕੇ ਚਲੋ ਫਿਰ ਚੱਲਦੇ ਆ ਗਰਮੀ ਬਹੁਤ ਹੈ ਇੰਡੀਆ ਕੋਈ ਨਹੀਂ ਉਰੇ ਕਿਹੜਾ ਘੱਟ ਆ ਚਲ ਚਲ ਚਲੋ ਫਿਰ ਚੱਲੀਏ ਫਟਾਫਟ ਇੰਡੀਆ ਫੜੀਏ ਫਲਾਈਟ ਚਲ ਵੀ ਚਾ ਆ ਦੇਖ ਲਓ ਜੀ ਆ ਲਓ ਨਾ ਇੰਨਾ ਜਿੱਲਾ ਬੰਦਾ ਇੰਨਾ ਹੌਲੀ ਤੁਰਦਾ ਆ ਉਧਰ ਸਾਡੀ ਫਲਾਈਟ ਦਾ ਟਾਈਮ ਹੋਇਆ ਹੋਇਆ ਸਾਨੂੰ ਭੱਜਣਾ ਪੈ ਰਿਹਾ ਆ ਜਲਦੀ ਆਓ ਜਲਦੀ ਆਪਾਂ ਪਹੁੰਚ ਚੁੱਕੇ ਆ ਐਬਸਫੋਰਡ ਏਅਰਪੋਰਟ ਤੇ ਤੇ ਅੰਦਰ ਚੱਲਦੇ ਆ ਫੇਰ ਗੱਲ ਕਰਦੇ ਆ ਤੁਹਾਡੇ ਨਾਲ ਅੰਦਰ ਗੱਡੀਆਂ ਵੀ ਲਾਈ ਹੋਈ ਆ ਇਹਨਾਂ ਨੇ ਵੀ ਕੀ ਕਹਿੰਦੇ ਹੁੰਦੇ ਆ ਗੱਡੀਆਂ ਦੀ ਸੇਲ ਕਰਨ ਨੂੰ ਵੀ ਸੌਰੀ ਆਪਣੀ ਚੈਕਿੰਗ ਹੋ ਚੁੱਕੀ ਆ ਸਟੇਜ 'ਤੇ ਹੁਣ ਆਪਾਂ ਇੱਥੇ ਬੈਠੇ ਹਾਂ ਦੇਖਦੇ ਹਾਂ ਕਿੰਨਾ ਕੁ ਟਾਈਮ ਲੱਗਦਾ ਵਾ ਇੱਧਰ ਲੋਕ ਆ ਰਹੇ ਨੇ ਅਤੇ ਇੱਧਰ ਭੁੱਖ ਵੀ ਲੱਗਣੀ ਸ਼ੁਰੂ ਹੋ ਗਈ ਆ ਅਤੇ ਅੰਦਰਲਾ ਕੁਛ ਇੱਦਾਂ ਦਾ ਮਾਹੌਲ ਆ ਇੱਥੇ ਏਅਰਪੋਰਟ ਦਾ ਅਤੇ ਉੱਥੇ ਆਪਾਂ ਬੈਗੇਜ ਕਲੇਮ ਕਰ ਸਕਦੇ ਹਾਂ ਜੇ ਕਿਤੇ ਬੈਗ ਇੱਧਰ ਉੱਧਰ ਹੁੰਦਾ ਵਾ ਬਾਕੀ ਬਹੁਤ ਕੁਛ ਇੱਥੇ ਯਾਰ ਕਾਫੀ ਲੋਕ ਬੈਠੇ ਨੇ ਉੱਧਰ ਦੇਖੋ ਹੈ ਛੋਟਾ ਜਿਹਾ ਇਹ ਇੰਟਰਨੈਸ਼ਨਲ ਨਹੀਂ ਹੈਗਾ ਨਾ ਬਸ ਨਾਂ ਦਾ ਹੀ ਹੈ ਜਿਵੇਂ ਇੰਡੀਆ ਦੇ ਵਿੱਚ ਹੈਗੇ ਆ ਆਪਣੇ ਕਾਫੀ ਇੱਦਾਂ ਦੇ ਏਅਰਪੋਰਟ ਹੈਗੇ ਨੇ ਉੱਦਾਂ ਹੀ ਉਰੇ ਵੀ ਇਹੀ ਹਾਲ ਆ ਕੀ ਖਾਣਾ ਪੈਗ ਉਹ ਉੱਥੇ ਹੋਈ ਆ ਡਰਿੰਕ ਵਗੈਰਾ ਦਿੰਦੇ ਹੋਰ ਕੁਝ ਨਹੀਂ ਦਿੰਦੇ ਹੈਗੇ ਚਲੋ ਦੇਖਦੇ ਹਾਂ ਫਿਰ ਕਿਆ ਖਾਣੇ ਆ ਫਿਰ ਗੱਲ ਕਰਦੇ ਹਾਂ ਆਹ ਖੜਾ ਆਪਣਾ ਜਹਾਜ਼ 'ਤੇ ਆਪਣੀ ਲੱਗ ਚੁੱਕੀ ਆ ਲਾਈਨ ਅਤੇ ਆਪਾਂ ਹੁਣ ਜਾਣਾ ਜਹਾਜ਼ 'ਤੇ ਇੱਥੇ ਕੀ ਸਕੈਨ ਕਰ ਰਹੇ ਆ ਬੋਰਡਿੰਗ ਬਸ ਚਲੋ ਦੇਖਦੇ ਹਾਂ ਕੀ ਸਕੈਨ ਕਰਦੇ ਆ ਇੱਥੇ ਜਹਾਜ਼ ਖੜਾ ਵਾ ਹੁਣ ਆਪਾਂ ਚੱਲੇ ਹਾਂ ਇਹਦੇ ਵਿੱਚ ਪਹਿਲੀ ਵਾਰ ਮੈਂ ਇੰਨੇ ਨੇੜਿਓਂ ਜਹਾਜ਼ ਦੇਖ ਰਿਹਾ ਪਰ ਇਹ ਹੈ ਛੋਟਾ ਜਿਹਾ ਹੀ ਆ ਇਹ ਤਾਂ ਕਤੂਰਾ ਜਿਹਾ ਹੀ ਆ ਬਾਕੀਆਂ ਦਾ ਆ ਅਤੇ ਵਧੀਆ ਯਾਰ ਘੈਂਟ ਆ ਸਿਸਟਮ ਅਤੇ ਹੁਣ ਆਪਾਂ ਚੱਲੇ ਹਾਂ ਇੱਥੋਂ ਸਰੀ ਨੂੰ ਬਾਏ ਬਾਏ ਕਰਕੇ ਪਹੁੰਚ ਚੁੱਕੇ ਅੰਦਰ ਦੇ ਆਲਰੇਡੀ ਕਲੀਨ ਦ ਲੈਬ ਦੇਖਦੇ ਹਾਂ ਹੁਣ ਕਿਹੜੀ ਸੀਟ ਮਿਲਦੀ ਹੈ ਬਿਫੋਰ ਯੂ ਗਾਇਸ ਗਾਟ ਆਲਰੇਡੀ ਚੁੱਕੇ ਹਾਂ ਹੁਣ ਆ ਵੀ ਜਹਾਜ਼ ਦੇ ਵਿੱਚ ਤੇ ਆਹ ਵਾ ਉਹਦਾ ਮਾਹੌਲ ਕੁਛ ਇਦਾਂ ਦਾ ਤੇ ਅਸੀਂ ਪਹਿਲੀ ਵਾਰ ਇਕੱਠੇ ਜਾ ਰਹੇ ਹਾਂ ਬਾਏ ਏਅਰ ਤੇ ਆਹ ਕੁਛ ਬਾਹਰਲਾ ਵਿਊ
ਚੁੱਕਿਆ ਬਾਹਰ ਤੇ ਆ ਚੱਲ ਜਾ ਰਹੇ ਹਾਂ ਸਾਰੇ ਜਹਾਜ਼ ਚੋਂ ਨਿਕਲ ਗਏ ਦੇਖਦੇ ਹਾਂ ਕਿੰਨੀ ਕੁ ਦੂਰ ਤੱਕ ਆ ਕਿੱਥੇ ਕੁ ਤਾਰੇ ਆ ਇਹ ਸ਼ਾਇਦ ਮੈਨੂੰ ਲੱਗਦਾ ਏਅਰਪੋਰਟ ਦੇ ਅੰਦਰ ਜਾਊ ਕਤਾਊ ਤਾਰ ਉਤਾਰ ਰਹੇ ਹਨ ਇਹ ਚੁੱਕਿਆ ਆਹ ਕੁਛ ਅੰਦਰ ਦਾ ਵਿਊ ਖਾਲੀ ਪਿਆ ਨਾ ਹੈ ਖਾਲੀ ਪਿਆ ਨਾ ਉਹ ਜਹਾਜ਼ ਖੜਾ ਆਪਣਾ ਅਤੇ ਆ ਖੜੇ ਨੇ ਦੇਖਦੇ ਹੁਣ ਕਿੱਥੇ ਚੱਲੀਏ ਕਰਦੇ ਹਾਂ ਤੁਹਾਡੇ ਨਾਲ ਗੱਲ ਫਿਰ ਹਾਂਜੀ ਆਪਾਂ ਪਹੁੰਚ ਗਏ ਏਅਰਪੋਰਟ 'ਤੇ ਅਤੇ ਕਾਫੀ ਵਧੀਆ ਮਾਹੌਲ ਆ ਇਹਦਾ ਸਾਫ ਜਿਹਾ ਏਅਰਪੋਰਟ ਆ ਪਰ ਇੱਥੇ ਮਤਲਬ ਲੋਕ ਘੱਟ ਨੇ ਵੈਸੇ ਤਾਂ ਅਤੇ ਆਪਾਂ ਕਰ ਰਹੇ ਹਾਂ ਹੁਣ ਤੁਹਾਨੂੰ ਦੱਸ ਹੀ ਦਿੰਦੇ ਹਾਂ ਵੈਨਕੂਵਰ ਤੋਂ ਐਡਮਿੰਟਨ ਦਾ ਟੂਰ ਇਹ ਹੁਣ ਐਡਮਿੰਟਨ ਦੇ ਬਲੌਗ ਆਉਣਗੇ ਇਹਦੇ 'ਤੇ ਬਣੇ ਰਹੇ ਸਾਡੇ ਦੇਖਦੇ ਹਾਂ ਕਿੱਦਾਂ ਦਾ ਐਡਮਿੰਟਨ ਇਹਨੂੰ ਵੀ ਦੇਖ ਲਈਏ ਵੈਨਕੂਵਰ ਤਾਂ ਦੇਖ ਲਿਆ ਉੱਥੇ ਤਾਂ ਦਿਲ ਲੱਗ ਗਿਆ ਹੁਣ ਐਡਮਿੰਟਨ ਦੇਖਦੇ ਹਾਂ ਵੈਲਕਮ ਟੂ ਐਡਮਿੰਟਨ ਜੋ ਕਿ ਬਾਹਰ ਭਾਜੀ ਨੇ ਸਾਨੂੰ ਲੈਣਾ ਸੀ ਉਹ ਹਜੇ ਤੱਕ ਨਹੀਂ ਆਏ ਹੈਗੇ ਵਾਲੇ ਉਹ ਨੇ ਉਹਨਾਂ ਪਤਾ ਹੀ ਨਹੀਂ ਲੱਗਦਾ ਹੈਗਾ ਦੱਸ ਅੱਜ ਹੋ ਗਈ ਆਹ ਖੜੇ ਹਾਂ ਬਾਹਰ ਅਸੀਂ ਵੇਟ ਕਰਦੇ ਹਾਂ ਵੀ ਕਿੱਥੇ ਗਏ ਨੇ ਗੱਡੀਆਂ ਆ ਰਹੀਆਂ ਨੇ ਅਤੇ ਆ ਉਰੇ ਦਾ ਮੌਸਮ ਕੁਛ ਇੱਦਾਂ ਦਾ ਗਰਮੀ ਹੋਈ ਆ ਵੈਸੇ ਉਰੇ ਇੰਨਾ ਕੋਈ ਖਾਸ ਫਰਕ ਨਹੀਂ ਹੈਗਾ ਫਿਲਹਾਲ ਤਾਂ ਸੇਮ ਹੀ ਆ ਗਰਮੀ ਆ ਬਾਕੀ ਅੱਗੇ ਦੇਖਦੇ ਹਾਂ ਵੀ ਕੀ ਹਿਸਾਬ ਕਿਤਾਬ ਆ ਦੇਖਦੇ ਹਾਂ ਕਿੰਨਾ ਕੁ ਟਾਈਮ ਸਾਨੂੰ ਵੇਟ ਕਰਨੀ ਪੈਂਦੀ ਆ ਬੈਵਿਲ ਲੱਗਦਾ ਉਹ ਆਉਂਦੀ ਆ ਗੱਡੀ ਲਓ ਵੀ ਆਹ ਪਹੁੰਚ ਗਏ ਆਪਾਂ ਆਹ ਦੇ ਸਾਨੂੰ ਲੇਟ ਲੈਣ ਆਏ ਨੇ ਆਹ ਬੋਰੇ ਦਾ ਏਰੀਆ ਬਹੁਤ ਹੀ ਖੁੱਲ੍ਹਾ ਹੋ ਰਿਹਾ ਕਾਫੀ ਖੁੱਲ੍ਹਾ ਹੋ ਰਿਹਾ ਮੈਂ ਦੇਖ ਰਿਹਾ ਆਲੇ ਦੁਆਲੇ ਇੰਨਾ ਤੁਹਾਡੇ ਤਾਂ ਉੱਥੇ ਹੈ ਹੀ ਨਹੀਂ ਖੁੱਲ੍ਹਾ ਹੀ ਪਿਆ ਤਾਂ ਦੇਖ ਚਲੋ ਵੀ ਅੱਗੇ ਜਾ ਕੇ ਦੇਖਦੇ ਹਾਂ ਕਿਵੇਂ ਦਾ ਏਰੀਆ ਦਾ ਆ ਲੱਗਿਆ ਸੇਵ ਆ ਗਏ ਵੀ ਆਪਾਂ ਐਡਮਿੰਟ ਆ ਗਏ ਵੀ ਆਪਾਂ ਗਾਰਡ ਕੁਛ ਇਦਾਂ ਦਾ ਵਿਊ ਹੋ ਰਿਹਾ ਸਹੀ ਗੱਲ ਆਹ ਕੁਛ ਕਰਨਾ ਐਂਟਰੀ ਕਰ ਗਏ ਨੇ ਸਰੀ ਵਾਲੇ ਵਲੌਗ ਸ਼ੁਰੂ ਹੋ ਗਿਆ ਹੈ ਥੋੜਾ ਜਿਹਾ ਲੇਟ ਹੋ ਗਿਆ ਵੇਟ ਤਾਂ ਕਰ ਲੋ ਕਿੱਥੇ ਕਿੱਥੇ ਇੱਥੇ ਰੋਲ ਦਾ ਹਨਾ ਉੱਥੇ ਹਾਂ ਮਾੜਾ ਮਾੜਾ ਡੋਦੀ ਨੇ ਜਾਣਾ ਨਹੀਂਗਾ ਹਾਂ ਕੀੜੀਆਂ ਆ ਜਾਣੀਆਂ ਨੇ ਹਾਂ ਫੇਰ ਮੈਂ ਜਾਈ ਗਿਆ ਮੇਰਾ ਸਿਓਂਕ ਲੱਗ ਗਈ ਇੱਥੇ ਬਾਅਦ ਚ ਰੱਖ ਪਹੁੰਚ ਗਿਆ ਵਾਓ ਹਾਂਜੀ ਤੇ ਆ ਫਿਰ ਦੇਖ ਕਰਦੇ ਮੈਂਬਰ ਇਧਰ ਇਧਰ ਨਹੀਂ ਆ ਦੇਖੋ ਇਧਰ ਹੱਥ ਦੋ ਵੈਲਕਮ ਹੋਮ ਸਾਡੇ ਦੋ ਵੱਲੋਂ ਥੈਂਕ ਯੂ ਨਹੀਂ ਆ ਦੇਖੋ ਨੇ ਕਿੰਨਾ ਹੋਣਾ ਹੈ ਆ ਕੀ ਕੀ ਫੋਟੋ ਫੋਟੋ ਲਈ ਆ ਉਹ ਤੇ ਪੌੜੀਆਂ ਚ ਦੇਖੋ ਸਾਰੀ ਤੇ ਲਾਈਆਂ ਹੋਈਆਂ ਨੇ ਮੈਂ ਵਧੀਆ ਯਾਰ ਸੁਣ ਲੱਗੇ ਸੁਣ ਸੱਚੀ ਪਾਣੀ ਦਾ ਬਲਾ ਮਾਰਕੀਟ ਹਾਂਜੀ ਆਹ ਉਰੇ ਇੰਡੀਆ ਮਾਰਕੀਟ ਬਈ ਐਡਮਿੰਟਨ ਦੀ ਅਤੇ ਆਪਾਂ ਲੈ ਲਿਆ ਸਮਾਨ ਹਾਂਜੀ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਆਪਾਂ ਐਡਮਿੰਟਨ ਪਹੁੰਚ ਚੁੱਕੇ ਹਾਂ ਅਤੇ ਹੁਣ ਆਪਾਂ ਬਾਹਰ ਫਿਰ ਰਹੇ ਹਾਂ ਕਾਫੀ ਵਧੀਆ ਉਰੇ ਪੀਸਫੁੱਲ ਜਿਹਾ ਮਾਹੌਲ ਆ ਅਤੇ ਦੇਖਦੇ ਹਾਂ ਘੁੰਮਦੇ ਹੁਣ ਤੁਰ ਕੇ ਚੱਲ ਜਾਵਾਂਗੇ ਕਿਸੇ ਪਾਸੇ ਦੇਖਦੇ ਹਾਂ ਕਿੱਦਾਂ ਦਾ ਵਿਊ ਮਿਲੂਗਾ ਆਪਾਂ ਨੂੰ ਅਤੇ ਆਹ ਕੁਛ ਇਸ ਤਰ੍ਹਾਂ ਦਾ ਅਤੇ ਆਹ ਵਾਕਿੰਗ ਲਈ ਜੇ ਤੁਸੀਂ ਜਾਣਾ ਤੁਰ ਕੇ ਸੈਰ ਸੂਰ ਕਰਨੀ ਆ ਇਹ ਬਣਿਆ ਹੋਇਆ ਕਾਫੀ ਕੁਛ ਆ ਇੱਥੇ ਜਾਣੀ ਕਿ ਚੱਲ ਮੂਡ ਲਓ ਵੀ ਆਪਾਂ ਆ ਚੁੱਕੇ ਹਾਂ ਐਡਮਿੰਟਨ ਦੇ ਸ਼ੋਪਰ ਟਰੱਕ ਮਾਰਟ ਹੈ ਫਰਕ ਤਾਂ ਉਰੇ ਕਾਫੀ ਆ ਨਾ ਫਰਕ ਤਾਂ ਹੁੰਦਾ ਹੀ ਹੈ ਪੂਰੇ ਖਾਲੀ ਪਿਆ ਮਾਹੌਲ ਰਾਤ ਹੋਈ ਆ ਪਰ ਆਪਣੇ ਉੱਥੇ ਰਾਤ ਨੂੰ ਵੀ ਭਰਿਆ ਪਿਆ ਹੁੰਦਾ ਦੇਖਦੇ ਹਾਂ ਉਰੇ ਦਾ ਕੀ ਸਿਸਟਮ ਅੰਦਰਲਾ
ਕਿਉਂਕਿ ਤੇਲ ਦਾ ਕਾਫੀ ਫਰਕ ਆ ਜਾਂਦੇ ਹੋ ਮੈਂ ਤੁਹਾਨੂੰ ਦਿਖਾਉਂਗਾ ਤੇਲ ਦਾ ਵੀ ਚਲੋ ਦੇਖਦੇ ਹਾਂ ਹਾਂਜੀ ਉਰੇ ਯਾਰ ਇੱਕ ਚੀਜ਼ ਆ ਉਰੇ ਪਰਫਿਊਮ ਲਿਆ ਉਰੇ ਪਰਫਿਊਮ 'ਤੇ ਟੈਕਸ ਕੋਈ ਨਹੀਂ ਪਿਆ ਸਾਨੂੰ ਅਤੇ ਬਟ ਬੀ ਸੀ ਵਿੱਚ ਬਹੁਤ ਹੀ ਜ਼ਿਆਦਾ ਪੈਂਦਾ ਵਾ ਇਹ ਚੀਜ਼ ਵਧੀਆ ਲੱਗੀ ਅਤੇ ਮੈਂ ਤੁਹਾਨੂੰ ਉਰੇ ਰੇਟ ਵੀ ਦਿਖਾਉਣਾ ਵਾ ਤੇਲ ਦਾ ਉਰੇ ਸ਼ਾਇਦ ਨਹੀਂ ਦਿਖੂਗਾ ਕੋਲ ਜਾ ਕੇ ਮੈਂ ਤੁਹਾਨੂੰ ਦਿਖਾਉਣਾ ਵੀ ਕਿੰਨਾ ਰੇਟ ਆ ਉਰੇ ਮਤਲਬ ਜਿੰਨਾ ਕੁ ਉਰੇ ਫਿਰੇ ਹਾਂ ਤੁਰ ਕੇ ਦੇਖਿਆ ਵਧੀਆ ਲੱਗਿਆ ਵਧੀਆ ਲੱਗਿਆ ਫਿਲਹਾਲ ਜਿੰਨਾ ਕੁ ਆਪਾਂ ਦੇਖਿਆ ਤੇ ਹੁਣ ਰਾਤ ਹੋ ਚੁੱਕੀ ਆ ਸਵਾ ਗਿਆਰਾਂ ਹੋ ਚੁੱਕੇ ਨੇ ਰਾਤ ਦੇ ਸਵੇਰੇ ਜਲਦੀ ਜਾਣਾ ਵਾ ਸੋ ਇਸ ਕਰਕੇ ਇਹ ਵਲੌਗ ਅਸੀਂ ਇੱਥੇ ਐਂਡ ਕਰਦੇ ਹਾਂ ਕੱਲ ਅਸੀਂ ਮਤਲਬ ਜੋ ਵੀ ਦੇਖਾਂਗੇ ਜਿੱਥੇ ਵੀ ਜਾਵਾਂਗੇ ਉਦੋਂ ਵਲੌਗ ਜ਼ਰੂਰ ਬਣਾਵਾਂਗੇ ਤੇ ਪਲੀਜ਼ ਸਾਡੇ ਵਲੌਗ ਦੇਖਦੇ ਰਹੋ ਇੰਜੋਏ ਕਰਿਓ ਤੇ everybody just do your thing wake up